ਇਸੇ ਤਰ੍ਹਾਂ ਸੰਸਾਰ ਰੂਪੀ ਮੇਲਾ ਵੇਖ ਕੇ ਹਰ ਇੱਕ ਨੂੰ ਆਪਣੇ ਨਿੱਜੀ ਕਾਰਨ ਪਰਮਾਤਮਾ ਦੇ ਪਾਸ ਜਾਣਾ ਪੈਂਦਾ ਹੈ। ਸਭ ਸੰਤ ਜੀ ਫਿਰ ਵੀ ਇਹ ਜੋ ਮੌਤ ਹੈ ਇਸਦਾ ਨਾਮ ਇਤਨਾ ਭਿਆਨਕ ਹੈ ਜਿੱਥੇ ਆਮ ਸੰਸਾਰੀ ਜੀਵਾਂ ਦੇ ਮਨ ਦੇ ਉੱਪਰ ਇਸਦਾ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਉੱਥੇ ਬੜੇ ਬੜੇ ਬ੍ਰਹਮ ਗਿਆਨੀ ਬੜੇ ਬੜੇ ਬ੍ਰਹਮਹੀਨ ਬੜੇ ਬੜੇ ਮਹਾਂਪੁਰਸ਼ਾਂ ਦੇ ਦਿਲ ਦਿਮਾਗ ਦੇ ਉੱਪਰ ਵੀ ਇਸਦਾ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਵਿਦਵਾਨਾਂ ਦੇ ਜਿੱਥੇ ਵਚਨ ਹਨ ਕਿ ਕਰਮ ਭੋਗ ਭੋਗੇ ਦੋਨੋਂ ਗਿਆਨੀ ਅਗਿਆਨੀ ਸੋਏ ਗਿਆਨੀ ਭੋਗੇ ਗਿਆਨ ਸਿਉ ਅਗਿਆਨੀ ਭੋਗੇ ਰੋਏ ਕਹਿੰਦੇ ਜਿਹੜੇ ਕਰਮਾਂ ਦੇ ਭੋਗ ਹਨ ਇਹ ਦੋਨਾਂ ਨੂੰ ਭੋਗਣੇ ਪੈਂਦੇ ਹਨ ਭਾਵੇਂ ਕੋਈ ਗਿਆਨਵਾਨ ਹੈ ਭਾਵੇਂ ਕੋਈ ਸਧਾਰਨ ਹੈ ਪਰ ਜੋ ਸਤਿਗੁਰਾਂ ਦੀ ਜਿਨ੍ਹਾਂ ਤੇ ਕਿਰਪਾ ਹੋਵੇ ਰਹਿਮਤ ਹੋਵੇ ਉਹ ਫਿਰ ਇਹਨਾਂ ਦੁੱਖਾਂ ਨੂੰ ਕਰਮਾਂ ਦੇ ਭੋਗਾਂ ਨੂੰ ਗਿਆਨ ਦੇ ਨਾਲ ਭੋਗ ਲੈਂਦੇ ਹਨ ਪਰ ਜੋ ਅਗਿਆਨੀ ਜੀਵ ਹਨ ਉਹ ਕਰਮਾਂ ਦੇ ਭੋਗ ਭੋਗਣ ਲੱਗਿਆ ਫਿਰ ਲਾਭ ਕਰਦੇ ਹਨ ਲਾਉਂਦੇ ਹਨ ਭੋਗਣੇ ਦੋਨਾਂ ਨੂੰ ਪੈਂਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਕਿਸੇ ਵਿਅਕਤੀ ਨੇ ਇੱਕ ਪੱਤਰ ਦੇ ਰਾਹੀਂ ਇਹ ਵਚਨ ਲਿਖਿਆ ਸੀ ਵੀ ਘਰ ਦੇ ਵਿੱਚ ਇਸ ਤਰ੍ਹਾਂ ਦਾ ਘਟਨਾ ਵਾਪਰ ਰਿਹਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਖਣ ਲੱਗੇ ਵੀ ਐਸੀ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਜਿਹੜਾ ਪੱਤਰ ਦਿੱਤਾ ਹੈ ਗੁਰਮੁਖ ਸਿੱਖਿਆ ਦੇ ਵਿੱਚ ਬਈ ਨਾਮ ਬਾਣੀ ਦਾ ਸਹਾਰਾ ਲਓ ਕਿਉਂਕਿ ਆਪਾਂ ਆਮ ਮਨੁੱਖਾਂ ਦੇ ਨਾਲ ਦੁੱਖ ਦੀ ਜਿੰਨੀ ਵਾਰੀ ਵੀ ਗੱਲ ਕਰਾਂਗੇ ਉਨੀ ਵਾਰੀ ਸਾਡਾ ਜਿਹੜਾ ਦੁੱਖ ਹੈ ਨਾ ਉਹ ਮੁੜ ਕੇ ਤਾਜ਼ਾ ਹੋ ਜਾਵੇ। ਜਿਸ ਤਰ੍ਹਾਂ ਵਿਦਵਾਨਾਂ ਦੇ ਬਚਨ ਹਨ ਕਿ ਜਿਹੜੀ ਵੇਦ ਹੁੰਦੀ ਹੈ ਜਿਵੇਂ ਜਿਵੇਂ ਉਸਨੂੰ ਖੋਲੀਦਾ ਹੈ ਤਿਵੇਂ ਤਿਵੇਂ ਉਹ ਹੋਰ ਵੱਧਦੀ ਹੈ। ਇਸੇ ਤਰ੍ਹਾਂ ਸਾਧ ਸੰਤ ਜੀ ਇਹ ਜੋ ਦੁੱਖ ਹੋਇਆ ਕਰਦੇ ਹਨ ਇਹ ਵੀ ਇੱਕ ਵੇਲ ਦੀ ਤਰ੍ਹਾਂ ਹੋਇਆ ਕਰਦੇ ਹਨ ਜਿਵੇਂ ਜਿਵੇਂ ਆਪਾਂ ਕਿਸੇ ਦੇ ਨਾਲ ਗੁਫ਼ਤਗੂ ਕਰਦੇ ਹਾਂ ਜਿਵੇਂ ਜਿਵੇਂ ਗੱਲ ਕਰਦੇ ਹਾਂ ਮੁੜ ਮੁੜ ਕੇ ਕਰਦੇ ਹਾਂ ਵੀ ਮਾੜਾ ਹੋਇਆ ਹੈ ਵੀ ਬਹੁਤ ਮਾੜਾ ਹੋਇਆ ਹੈ ਕਹਿੰਦੇ ਤਿਵੇਂ ਤਿਵੇਂ ਦੁੱਖ ਘਟਦਾ ਨਹੀਂ ਹੈ ਬਲਕਿ ਦੁੱਖ ਵੱਧ ਜਾਂਦਾ ਹੈ। ਭਾਈ ਸਾਹਿਬ ਜੀ ਆਖਣ ਲੱਗੇ ਭਾਈ ਵੀਰ ਸਿੰਘ ਜੀ ਕਿ ਤੁਸੀਂ ਨਾਮ ਬਾਣੀ ਦਾ ਸਹਾਰਾ ਲਿਆ ਕਰੋ ਜਿਹੜੇ ਨਾਮ ਬਾਣੀ ਦਾ ਸਹਾਰਾ ਨਹੀਂ ਲੈਂਦੇ ਉਹ ਸਗੋਂ ਸੰਸਾਰ ਦੇ ਵਿੱਚ ਕਈ ਗੁਣਾ ਜ਼ਿਆਦਾ ਉਹਨਾਂ ਨੂੰ ਖਪਣਾ ਪੈਂਦਾ ਹੈ ਪਰ ਜੋ ਦੁੱਖ ਦੀ ਘੜੀ ਦੇ ਵਿੱਚ ਜੋ ਦੁੱਖ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਬਾਣੀ ਦਾ ਆਸਰਾ ਲੈ ਲੈਂਦੇ ਹਨ ਸਹਾਰਾ ਲੈ ਲੈਂਦੇ ਹਨ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਇੱਕ ਆਸਰਾ ਦੇ ਦਿੰਦਾ ਹੈ ਜਿਉਂ ਮੰਤਰ ਗੁਰ ਥੰਮ ਹੈ ਥੰਮਨ ਤਿਉਂ ਗੁਰੂ ਕਾ ਸ਼ਬਦ ਮਨੇ ਅਸ ਥੰਮਨ। ਸੋ ਸਾਧ ਸੰਗਤ ਦੇ ਭਾਵੇਂ ਐਸਾ ਦੁੱਖ ਬਹੁਤ ਅਸਹਿ ਹੋਇਆ ਕਰਦਾ ਹੈ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਕਤ ਭਾਈ ਕੇ ਡਰੋਲੀ ਸਨ ਸਤਿਗੁਰ ਜੀ ਨੇ ਨਿਵਾਸ ਰੱਖਿਆ ਇਹਨਾਂ ਦਿਨਾਂ ਦੇ ਵਿੱਚ ਸਤਿਗੁਰਾਂ ਦੇ ਰਿਸ਼ਤੇ ਦੇ ਵਿੱਚ ਲੱਗਦੇ ਜੋ ਸਾਧੂ ਸਨ ਭਾਈ ਸਾਈ ਦਾਸ ਜੀ ਉਹ ਪਰਲੋਕ ਗਮਨ ਕਰ ਗਏ ਆਪਣੇ ਆਪਣੇ ਢੰਗ ਦੇ ਨਾਲ ਸਭ ਲੋਕ ਜਿਹੜੇ ਸਨ ਉਹ ਦੁੱਖ ਦਾ ਪ੍ਰਗਟਾਵਾ ਕਰ ਰਹੇ ਸਨ ਕਿਉਂਕਿ ਜਦ ਕੋਈ ਸਧਾਰਨ ਵਿਅਕਤੀ ਸੰਸਾਰ ਤੋਂ ਜਾਵੇ ਤਾਂ ਉਹ ਗਿਣੇ ਚੁਣੇ ਲੋਕਾਂ ਨੂੰ ਦੁੱਖ ਹੁੰਦਾ
ਪਰ ਕੋਈ ਨਾਮ ਜਪਣ ਵਾਲੀ ਸੇਵਾ ਕਰਨ ਵਾਲੀ ਰੱਬ ਰੱਖਣੀ ਰੂਹ ਜਦ ਸੰਸਾਰ ਤੋਂ ਜਾਂਦੀ ਹੈ ਤਾਂ ਸਾਰੇ ਸੰਸਾਰ ਦੇ ਕਿਰਦੇ ਜਿਹੜੇ ਨਾਲ ਭੋਗ ਲੁਧਰੇ ਜਾਂਦੇ ਹਨ। ਬਹੁਤ ਭਾਰੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਸਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸੱਚੇ ਪਾਤਸ਼ਾਹ ਜੀ ਸਹਿਜ ਦੇ ਵਿੱਚ ਬੈਠੇ ਹੋਏ ਸਨ ਤੋ ਉਸ ਵਕਤ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਵਚਨ ਕੀਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਨੂੰ ਗੁਰ ਇਤਿਹਾਸ ਦੇ ਵਿੱਚ ਕਲਮਬੰਦ ਕੀਤਾ ਹੈ। ਭਾਈ ਸਾਹਿਬ ਜੀ ਦੇ ਬਚਨ ਹਨ ਕਿ ਇਹ ਜੋ ਸੰਸਾਰ ਦੇ ਜੀਵ ਹਨ ਇਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਦੁੱਖ ਹਨ ਉਹ ਜ਼ਿਆਦਾ ਵਿਆਪਦੇ ਹਨ, ਜ਼ਿਆਦਾ ਸੰਤਾਪ ਦਿੰਦੇ ਹਨ, ਪਰ ਜੋ ਗਿਆਨਵਾਨ ਹਨ ਉਹਨਾਂ ਦੇ ਉੱਪਰ ਕੋਈ ਬਹੁਤਾ ਅਸਰ ਨਹੀਂ ਹੋਇਆ ਕਰਦਾ। ਜਿਹੜੇ ਦੁੱਖਾਂ ਅਤੇ ਸੁੱਖਾਂ ਤੋਂ ਅੱਗੇ ਲੱਗ ਜਾਂਦੇ ਹਨ, ਦੁੱਖਾਂ ਤੋਂ ਨਿਰਤ ਕੇਵਲ ਤੇ ਕੇਵਲ ਉਸ ਸਮੇਂ ਹੋਇਆ ਜਾ ਸਕਦਾ ਹੈ ਜਦ ਕੋਈ ਇਹਨਾਂ ਨੂੰ ਪਾਰ ਕਰ ਜਾਂਦਾ ਹੈ। ਪਰ ਅਗਲੇ ਦਿਨ ਹੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਖਣ ਲੱਗੇ ਕਿ ਭਾਈ ਬਿਧੀ ਚੰਦ ਜੀ ਚਲੋ ਤਿਆਰੀ ਕਰੋ, ਸਾਡਾ ਹੁਣ ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਭਾਈ ਸਾਈ ਦਾਸ ਜੀ ਜਿਹੜੇ ਬੜੇ ਪਿਆਰੇ ਸਨ ਉਹ ਸਾਨੂੰ ਇਸ ਘਰ ਦੇ ਵਿੱਚ ਦਿਖਾਈ ਨਹੀਂ ਦੇ ਰਹੇ। ਦੇਖੋ ਅਸਰ ਉਹਨਾਂ ਦੇ ਦਿਲ ਦਿਮਾਗ ਦੇ ਉੱਪਰ ਵੀ ਹੋਇਆ ਹੈ, ਉਹਨਾਂ ਦੇ ਉੱਪਰ ਵੀ ਅਸਰ ਹੋਇਆ ਹੈ। ਇਹ ਐਸਾ ਮੰਜ਼ਰ ਹੈ, ਇਸ ਤਰ੍ਹਾਂ ਦੀ ਘਟਨਾ ਹੈ, ਮੌਤ ਦੀ ਘਟਨਾ, ਕਿ ਹਰ ਇੱਕ ਦਾ ਦਿਲ ਜਿਹੜਾ ਹੈ ਨਾ ਭਾਵੇਂ ਕੋਈ ਬ੍ਰਹਮਲੀਨ ਆਤਮਾ ਨਾ ਹੋਵੇ ਉਸਦੇ ਮਨ ਦੇ ਉੱਪਰ ਵੀ ਬਹੁਤ ਗਹਿਰਾ ਪ੍ਰਭਾਵ ਛੱਡਦਾ ਹੈ। ਸੋ ਮੂਲ ਰੂਪ ਦੇ ਵਿੱਚ ਸਾਨੂੰ ਜੋ ਗੁਰਮਤਿ ਦੇ ਵਿੱਚ ਸਿੱਖਿਆ ਮਿਲਦੀ ਹੈ ਕਿ ਜਾਣਾ ਤਾਂ ਸਾਰਿਆਂ ਨੇ ਹੈ, ਉਹ ਧੰਦਾ ਦੇ ਯੋਗ ਹੋਇਆ ਕਰਦੇ ਹਨ ਜਿਹੜੇ ਜੀਵ ਸੰਸਾਰ ਦੇ ਵਿੱਚ ਸ਼ੁਭ ਕਰਮ ਕਰਕੇ ਚੰਗੇ ਕਰਮ ਕਰਕੇ ਜਾਂਦੇ ਹਨ। ਜਿਸ ਤਰ੍ਹਾਂ ਇੱਕ ਸਿੱਖ ਦੇ ਪਾਸ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਗੋਬਿੰਦ ਸਿੰਘ ਮਹਾਰਾਜ ਜੀ ਗਏ, ਉਸਨੂੰ ਅਸੀਸ ਦਿੰਦਿਆਂ ਹੋਇਆ ਜਦ ਉਹ ਅਕਾਲ ਚਲਾਣਾ ਕਰ ਰਿਹਾ ਸੀ, ਇਤਿਹਾਸ ਦੇ ਵਿੱਚ ਬਚਨ ਆਉਂਦੇ ਹਨ ਜੋ ਪ੍ਰਕਾਸ਼ ਦੇ ਵਿੱਚ ਹੈ, ਆਖਣ ਲੱਗੇ ਜਾਓ ਸਤੋਤ ਆਪਣੇ ਨਿੱਜ ਘਰ ਦੇ ਵਿੱਚ ਵਿਸ਼ਰਾਮ ਪਾਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਭਾਈ ਇਹ ਨਿਤ ਨੇਮੀ ਸੀ, ਨਾਮ ਪਾਣੀ ਦਾ ਅਭਿਆਸੀ ਸੀ, ਸੇਵਾ ਕਰਦਾ ਸੀ, ਆਪਣੀਆਂ ਜਿੱਥੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਸੀ ਉੱਥੇ ਰਾਤ ਦੇ ਨਾਲ ਇਹ ਹਿੰਮਤ ਜਾਣਦਾ ਸੀ, ਉਸ ਹਿੰਮਤ ਦੇ ਨਾਲ ਲੋਕਾਂ ਦਾ ਇਲਾਜ ਕਰਿਆ ਕਰਦਾ ਸੀ। ਦੇਖੋ ਦੇਖਣ ਨੂੰ ਸਾਰੇ ਲੋਕ ਇੱਕੋ ਜਿਹੇ ਪ੍ਰਤੀਤ ਹੁੰਦੇ ਹਨ ਪਰ ਬੜਾ ਫਰਕ ਹੁੰਦਾ ਹੈ, ਜ਼ਮੀਨ ਅਤੇ ਅਸਮਾਨ ਦਾ, ਅਰਸ਼ ਅਤੇ ਫਰਸ਼ ਦਾ। ਇੱਕ ਹੁੰਦਾ ਹੈ ਕਿਸੇ ਦੇ ਅੱਗੇ ਹੱਥ ਅੱਡ ਕੇ ਮੰਗਣਾ ਕਿ ਇੰਨੇ ਦਿਓ ਤਾਂ ਤੁਹਾਡਾ ਕੰਮ ਕਰਦਾ। ਕਹਿੰਦੇ ਇਹ ਇਸ ਤਰ੍ਹਾਂ ਦਾ ਸੀ ਕਿ ਜਿਹੜਾ ਆਪਣੀ ਖੁਸ਼ੀ ਆਪ ਦੀਆਂ ਤੋਂ ਦੁੱਧ ਦਰਾਦਰ ਮੰਗ ਲਿਆ ਤੋਂ ਪਾਣੀ, ਜੇ ਮੰਗ ਹੀ ਲਿਆ ਤਾਂ ਫਿਰ ਪਾਣੀ ਹੋ ਗਿਆ ਭਾਵੇਂ ਰੁਪਈਆ ਹੀ ਕਿਉਂ ਨਾ ਹੋਵੇ, ਆਪਣੀ ਖੁਸ਼ੀ ਦੇ ਨਾਲ ਭਾਵੇਂ ਕੋਈ ਜਿੰਨਾ ਮਰਜ਼ੀ ਦੇ ਦੇਵੇ ਪਰ ਸਾਧ ਸੰਗਤ ਜੀ ਇੱਥੇ ਪੜਾਉਣਾ ਜਿਹੜਾ ਹੈ ਨਾ ਸਾਡੇ ਉੱਤੇ ਵੱਸ ਦੀ ਗੱਲ ਨਹੀਂ ਹੋਇਆ ਕਰਦੀ। ਮਨੁੱਖ ਨੂੰ ਭਰੋਸਾ ਹੀ ਨਹੀਂ ਹੁੰਦਾ ਕਿ ਪਤਾ ਨੀ ਮੈਨੂੰ ਘਾਟਾ ਹੀ ਨਾ ਪੈ ਜਾਵੇ, ਵਿਸ਼ਵਾਸ ਹੀ ਬਣਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਦੇ ਉੱਪਰ ਬਹੁਤ ਪ੍ਰਸੰਨ ਸਨ। ਸੋ ਭਾਵੇਂ ਛੋਟੀਆਂ ਮੋਟੀਆਂ ਕਮੀਆਂ ਛੋਟੀਆਂ ਮੋਟੀਆਂ ਗਲਤੀਆਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਰਹਿ ਜਾਂਦੀਆਂ ਹਨ ਪਰ ਸਤਿਗੁਰੂ ਜਾਂ ਪਰਮੇਸ਼ਰ ਇੰਨੇ ਨਿਰਦਈ ਨਹੀਂ ਹਨ ਕਿ ਛੋਟੀਆਂ ਮੋਟੀਆਂ ਗਲਤੀਆਂ ਨੂੰ ਮਾਫ ਨਾ ਕਰ। ਜਿਹੜੇ ਕੋਸ਼ਿਸ਼ ਕਰਦੇ ਹਨ, ਜਿਹੜੇ ਚੰਗੇ ਕਰਮ ਕਰਦੇ ਰਹਿੰਦੇ ਹਨ ਭਾਵੇਂ ਉਹਨਾਂ ਦੀ ਜ਼ਿੰਦਗੀ ਵਿੱਚ ਛੋਟੀਆਂ ਮੋਟੀਆਂ ਕਮੀਆਂ ਰਹਿ ਜਾਣ, ਅੰਤ ਦੇ ਸਮੇਂ ਸਾਧ ਸੰਗਤ ਜੀ ਜ਼ਰੂਰ ਉਹ ਬਖਸ਼ੇ ਜਾਂਦੇ ਹਨ।
ਉਹ ਮਿਹਰ ਦੇ ਪਾਤਰ ਬਣ ਜਾਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਜਿਸ ਤਰ੍ਹਾਂ ਵਚਨ ਹਨ, ਤ੍ਰਿਗ ਸਿਰ ਜੋ ਗੁਰ ਨਾਨਿਵੈ ਗੁਰ ਲੱਗੈ ਨਾ ਚਰਣੀ, ਤ੍ਰਿਗ ਲੋਇ ਗੁਰ ਦਰਸ਼ ਵਿਣ ਵੇਖੈ ਪਰ ਤਰਣੀ, ਤ੍ਰਿਗ ਜਿਹਵਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ, ਤ੍ਰਿਗ ਲੋਇ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਰਫੁਲ ਕਰਨੀ, ਪੀਰ ਮੁਰੀਦਾ ਪਿਰਹੜੀ ਸੁਖ ਸਤਿਗੁਰ ਸ਼ਰਣੀ। ਕਹਿੰਦੇ ਜਿਹੜਾ ਸਿਰ ਗੁਰੂ ਦੇ ਅੱਗੇ ਝੁਕਿਆ ਨਹੀਂ ਤਿਰਕਾਰ ਯੋਗ ਹੈ, ਜਿਹੜੇ ਹੱਥਾਂ ਨੇ ਸੇਵਾ ਨਹੀਂ ਕੀਤੀ ਤਿਰਕਾਰ ਯੋਗ ਹਨ। ਦੇਖੋ ਕਿੰਨੇ ਇਤਿਹਾਸਕ ਪ੍ਰਮਾਣ ਹਨ। ਦਸਵੇਂ ਪਾਤਸ਼ਾਹ ਨੇ ਉਸ ਬੱਚੇ ਦਾ ਜਲ ਲੋਭ ਦਿੱਤਾ ਕਿ ਤੇਰੇ ਤਾਂ ਹੱਥ ਮੁਰਦਾ ਹਨ, ਤੂੰ ਤਾਂ ਇਹਨਾਂ ਹੱਥਾਂ ਦੇ ਨਾਲ ਕਦੇ ਸੇਵਾ ਹੀ ਨਹੀਂ ਕੀਤੀ। ਸਫਲ ਜਨਮ ਗੁਰ ਚਰਨ ਸ਼ਰਨ ਕੈ, ਲੋਚਨ ਅਮੋਲ ਗੁਰ ਦਰਸ਼ ਅਮੋਲ ਦੇਖੇ, ਸਰਵਣ ਅਮੋਲ ਗੁਰ ਬਚਨ ਧਰਨ ਕੈ, ਨਾਸਕ ਅਮੋਲ ਚਰਨਾਰ ਬਿੰਦ ਵਾਸਨਾ ਕੈ, ਰਸਨ ਅਮੋਲ ਗੁਰ ਮੰਤਰ ਸਿਮਰਨ ਕੈ, ਹਸਤ ਅਮੋਲ ਗੁਰ ਦੇਵ ਸੇਵ ਕੈ ਸਫਲ, ਚਰਨ ਅਮੋਲ ਪਰ ਦਕਸ਼ਣਾ ਕਰਨ ਕੈ। ਕਹਿੰਦੇ ਉਹਨਾਂ ਹੱਥਾਂ ਦੀ ਕੌਣ ਕੀਮਤ ਪਾ ਸਕਦਾ ਹੈ। ਅਮੋਲ ਦਾ ਭਾਵ ਹੁੰਦਾ ਹੈ ਵੀ ਉਹਨਾਂ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ, ਨਾ ਉਹਨਾਂ ਦੇ ਪੈਰਾਂ ਦਾ ਜਿਹੜੇ ਪੈਰਾਂ ਦੇ ਨਾਲ ਗੁਰੂ ਘਰ ਚੱਲ ਕੇ ਜਾਂਦੇ ਹਨ, ਨਾ ਉਹਨਾਂ ਗੁਰਮੁਖਾਂ ਦੇ ਹੱਥਾਂ ਦਾ ਜਿਨ੍ਹਾਂ ਨੇ ਜ਼ਿੰਦਗੀ ਭਰ ਸਤਿਗੁਰ ਦੇ ਘਰ ਦੇ ਵਿੱਚ ਸੇਵਾ ਕੀਤੀ ਹੋਈ ਹੁੰਦੀ ਹੈ। ਸੋ ਸਾਧ ਸੰਗਤ ਜੀ, ਸਾਨੂੰ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ। ਜਾਣਾ ਭਾਵੇਂ ਸਾਰਿਆਂ ਨੇ ਹੈ, ਕਿਸੇ ਨੁਕਤੇ 'ਤੇ ਆਪਣੇ ਆਪ ਨੂੰ ਖੜਾਉਣ ਦੀ ਜ਼ਰੂਰਤ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਵਾਲੇ ਬਣੋ। ਬਹੁਤ ਸਾਰੀਆਂ ਜਿੱਥੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਉੱਥੇ ਸਤਿਕਾਰ ਹਸਤੀਆਂ ਸਤਿਕਾਰ ਯੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਇਆ ਸਹਿ ਸਿੰਧੀ ਮਨ ਜੀਆਂ ਵਾਧਾਈਆਂ, ਰਾਮ ਰਤਨ ਪਰਵਾਰ ਕਰੀਆਂ, ਸ਼ਬਦ ਗਾਣ ਆਈਆਂ, ਸ਼ਬਦ ਤੰਗਾ ਹਰੀ ਕੇ ਰਾਜ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ, ਤੂੰ ਸਭ ਵਿਸਾਰਣਾ ਅੰਗੀਕਾਰ ਤੂੰ ਕਰੇ ਤੇਰਾ, ਕਾਰ ਸਭ ਸਵਾਰਣਾ ਸੁਣਨਾ ਗੱਲਾਂ ਸੁਣਤ ਸੁਆਮੀ, ਸੋ ਪਿਓ ਨੂੰ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਈ ਭਰ ਤੇਰਾ, ਭਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫ ਸੁਲਾ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਭਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਦੁਆਈਆਂ, ਸਰਸ਼ਾ ਸੁਖਮਾ ਨਿਆਇ ਵਸਿਆ, ਜਨੀਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਓ, ਜਿਸਦੀਆਂ ਇਹ ਵਡਿਆਈਆਂ, ਕਹਿ ਨਾਮ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ, ਜਿਸ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਸਦਾ ਜਿਸ ਘਰ ਧਾਰੀਆ, ਪੰਜ ਦੂਤ ਤੁਰ ਰਸ ਕੀਤੇ, ਕਾਲ ਕੰਠ ਕਮਾਣਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਤੇ ਨਾਮ ਹਰ ਪੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਇਤ ਕਰਿਆ ਨ ਦਵਾਜੇ, ਅਨੰਦ ਸੁਣੋ ਅਟ ਪਾਵਿਓ, ਸਗਲ ਮਨੋਰਥ ਪੂਰੇ, ਪਾਰ ਪ੍ਰਭੁ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪਿ ਤੁਰਈ, ਸੰਤ ਸਾਜਨ ਭਏ ਸਦੇ ਪੂਰੇ ਬਲਦੇ ਨਾ।
ਨਾਮ ਦੀ ਦਾਤ ਆਪਣੇ ਚਰਨਾਂ ਦਾ ਸਦਾ ਕਾਲ ਰੱਖਣ ਸਾਰੇ ਪਰਿਵਾਰ ਦੇ ਸੱਚੇ ਸਤਿਗੁਰੂ ਦੇ ਮਿਹਰ ਪਰ ਹੱਥ ਰੱਖੋ ਸੁਖ ਸ਼ਾਂਤੀ ਬਖਸ਼ੋ ਭਾਰੇ ਵਿੱਚ ਰਹਿਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ ਆਪ ਜੀ ਦੇ ਹਰ ਗੁਰੂ ਮਹਾਰਾਜ ਤੇ ਪਾਤਸ਼ਾਹ ਦੇ ਪਾਤਸ਼ਾਹ ਬੇਨਤੀ ਹੈ ਇਸ ਲਈ ਪਾਤਸ਼ਾਹ ਦੇ ਪਾਤਸ਼ਾਹ ਜੀ ਨੂੰ ਕਿਰਪਾ ਕਰਨੀ ਆਪ ਜੀ ਦੇ ਦਰਬਾਰ ਵਿੱਚ ਸਿੱਖ ਪਰਿਵਾਰ ਵੱਲੋਂ ਨਿਮਾਦੇ ਹਨ ਜਿੱਥੇ ਜਿਹੜਾ ਜੈਲਾਂ ਦਾ ਸ੍ਰੀ ਸੁਰਤ ਹਨ ਸੇਵਕਾਂ ਦੇ ਦਰ ਪਾਦੇ ਸਾਹਿਬ ਹੋਣਾ ਪੜਦੇ ਝੱਗੜੇ ਜਰ ਲਿਖੋ ਤਹ ਹਜੂਰ
दूर कतो ना जाए। रब रहिया सर्वत्र मैं, मन सदा ध्याई। इत जूत नहीं बिछुड़ै, सो संगी तनियै। जिनस जाए जो नियुक्त में है, सो अल्प सुख बनिए।
ਸਪਾਈ ਸਰਵਿਸ ਸੇ ਜੀ ਲੋਕਾਂ ਨੂੰ ਮਿਲਣ ਵਾਲੇ ਇਨਸਾਨ ਸਨ ਔਰ ਆਪਣੇ ਸਮਾਜ ਦੇ ਵਿੱਚ ਇਲਾਕੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅਤੇ ਬਾਹਰ ਆਪਣਾ ਨਾਂ ਬਹੁਤ ਚੰਗੇ ਇਨਸਾਨਾਂ ਦੇ ਵਿੱਚ ਲਗਵਾਇਆ। ਗਰਮੀ ਬਹੁਤ ਹੈ, ਸਮਾਂ ਵੀ ਘੱਟ ਜਾਂਦਾ ਹੈ, ਸਾਡੇ ਕੋਲ ਮਹਾਨ ਹਸਪਤਾਲ ਵੀ ਬੈਠੀਆਂ ਨੇ। ਇਸ 20-25 ਮਿੰਟ ਦੇ ਵਿੱਚ ਹੀ ਅਸੀਂ ਸਮਾਪਤੀ ਕਰ ਦੇਣੀ ਹੈ। ਗਰਮੀ ਬਹੁਤ ਆ ਅਤੇ ਬੇਟੀਆਂ ਦੀ ਬੇਟੀ ਆ ਕਿ ਜਿਸ ਤਰ੍ਹਾਂ ਹੋਣਾ ਚੁੱਪ ਦਾ ਦਾਨ ਦੱਸੇ, ਇਸ ਤਰ੍ਹਾਂ ਹੀ 20-25 ਮਿੰਟ ਹੋਰ ਸਮਾਂ ਇਸ ਤਰ੍ਹਾਂ ਹੀ ਗੁਰੂ ਸਾਹਿਬ ਕਿਰਪਾ ਕਰ ਦੇ ਦਿਓ। ਭਾਈ ਸੁਰਿੰਦਰ ਸਿੰਘ ਦਾ ਜੀਵਨ ਸਾਰਿਆਂ ਨੂੰ ਪਤਾ ਹੈ। ਇਹਨਾਂ ਦੇ ਬਾਪ ਸਰਦਾਰ ਕਰਨੈਲ ਸਿੰਘ ਜੋ ਕਿ ਸਾਡੇ ਚਾਚੇ ਸਨ, ਪਿਛਲੇ ਸਮੇਂ ਦੇ ਵਿੱਚ ਸਾਨੂੰ ਛੋਟਾ ਦੇ ਗਏ। ਉਹਨਾਂ ਨੇ ਆਪਣਾ ਜੋ ਗ੍ਰਿਸ਼ਤੀ ਦੇਣੀ ਸੀ ਆਪਣੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕੀਤੀ। ਉਹਨਾਂ ਦਾ ਸਾਥ ਉਹਨਾਂ ਦੇ ਵੱਡੇ ਸਪੁੱਤਰ ਸਰਦਾਰ ਬਲਵੰਤ ਸਿੰਘ ਜੀ, ਇਹ ਛੋਟੇ ਭਾਈ ਸੁਰਿੰਦਰ ਸਿੰਘ ਜੀ, ਇਹਨਾਂ ਨੇ ਉਹਨਾਂ ਦੇ ਨਾਲ ਵਪਾਰਕ ਦੈਨ ਦੇ ਵਿੱਚ ਬਹੁਤ ਅੱਗੇ ਲਿਆਂਦਾ। ਮੈਂ ਇੱਕ ਦੱਸ ਦੇਵਾਂ, ਇਸ ਪਰਿਵਾਰ ਦਾ ਜਿਹੜਾ ਬਹੁਤਾ ਵਪਾਰਕ ਹਿੱਸਾ ਵਾ ਉਹ ਪਿੰਡ ਗੱਡੋਗੋਏ ਦੇ ਨਾਲ ਰਿਹਾ। ਗੱਡੋਗੋਏ ਦੇ ਵਿੱਚ ਇਹਨਾਂ ਨੇ ਸਾਰਾ ਕਾਰੋਬਾਰ ਕੀਤਾ ਔਰ ਕਾਰੋਬਾਰ ਕਰਨ ਤੋਂ ਉਪਰੰਤ ਜਦੋਂ ਸੁਰਿੰਦਰ ਸਿੰਘ ਨੇ ਪ੍ਰਮਾਣ ਸੰਭਾਲੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਫਿਰ ਗਾਂਹ ਵਧੇ। ਪਿਛਲਾ ਥੋੜ੍ਹਾ ਜਿਹਾ ਪਿਛੋਕੜ ਦੱਸਦਾਂ, ਭਾਈ ਸੁਰਿੰਦਰ ਸਿੰਘ ਜੀ ਦਾ ਜੋ ਗ੍ਰਿਸ਼ਤੀ ਜੀਵਨ ਸ਼ੁਰੂ ਹੋਇਆ ਭਾਈ ਦਰਸ਼ਨ ਸਿੰਘ ਜੀ ਕੇਂਦਪੁਰਾ ਸਾਹਿਬ ਤੋਂ, ਉਹਨਾਂ ਦੀ ਬੇਟੀ ਮਨਿੰਦਰ ਕੌਰ ਦੇ ਨਾਲ ਅੰਮ੍ਰਿਤ ਕਾਰਜ ਹੋਇਆ। ਉਹਨਾਂ ਦੇ ਗ੍ਰਹਿ ਵਿਖੇ ਦੋ ਲੜਕੇ, ਇੱਕ ਲੜਕੀ ਪੈਦਾ ਹੋਈ, ਇੱਕ ਲੜਕੇ ਦੀ ਡੈਥ ਹੋ ਗਈ, ਦੂਸਰਾ ਬੇਟਾ ਪਿੰਡ ਘੱਟੇ ਬਹੁਤ ਚੰਗੇ ਪ੍ਰਭਾਵ ਵਿੱਚ ਰਹਿਆ। ਬੇਟੀ ਪਿੰਡ ਘੱਟੇ ਦੇ ਵਿੱਚ ਪਰਿਵਾਰ ਚ ਲਿਆਈ ਔਰ ਉਸ ਤੋਂ ਬਾਅਦ ਇਹਨਾਂ ਨੇ ਗਾਂਹ ਵਧਣ ਦੀ ਕੋਸ਼ਿਸ਼ ਕੀਤੀ। ਫਿਰ ਤਾੜ ਚੇਤਨ ਲਿਖਿਆ ਆੜ ਦਾ ਧੰਦਾ ਕੀਤਾ ਔਰ ਇੰਨਾ ਵਧੀਆ ਢੰਗ ਦੇ ਨਾਲ ਕੀਤਾ ਕਿ ਮੰਡੀ ਕਪੂਰਾ, ਮੰਡੀ ਝਬਾਲ ਔਰ ਮੰਡੀ ਭੱਠਾ ਨੇ ਚੰਗਾ ਨਾਂ ਰੋਸ਼ਨ ਕੀਤਾ। ਅੱਜ ਬਹੁਤ ਗਿਣਤੀ ਦੇ ਵਿੱਚ ਸਾਡੀ ਮੰਡੀ ਭੱਠਾ ਵਾਲੇ ਜਵਾਨ ਹੁੰਦੇ ਨੇ, ਝਬਾਲ ਤੋਂ ਤਕਰੀਬਨ ਸਾਰੇ ਰਾਜ ਚ ਆਏ ਨੇ ਗੁਰਦੁਆਰੇ ਦੇ, ਪਰ ਹੋਰ ਜਿਹਨਾਂ ਤੋਂ ਬਹੁਤ ਮਹਾਨ ਹਸਤੀਆਂ ਆਈਆਂ ਨੇ। ਭਾਈ ਸੁਰਿੰਦਰ ਸਿੰਘ ਨੇ ਜਿੱਥੇ ਕਿਹੜੀ ਤਰੱਕੀ ਕੀਤੀ ਉੱਥੇ ਗੁਰੂ ਘਰ ਦੇ ਨਾਲ ਜੁੜ ਕੇ ਅਮਰ ਦੀ ਦਾਤ ਲਈ ਔਰ ਮੈਂ ਵੇਖ ਰਿਹਾ ਕਿ ਨਿਤ ਨੇਮ ਤੋਂ ਨਹੀਂ ਉਹ ਖੁੱਲ੍ਹੇ, ਭਾਵੇਂ ਕਿ ਇਹਨਾਂ ਨੂੰ ਖੁੱਲ੍ਹਿਆ ਬਿਮਾਰੀ ਭਿਆਨਕ ਲੱਗ ਗਈ ਔਰ ਬਿਮਾਰੀ ਨੇ ਅਖੀਰ ਦੇ ਸਮੇਂ 'ਤੇ ਆ ਕੇ ਜਿੱਤ ਲਿਆ ਅਤੇ ਸਾਡੇ ਗੁਰੂ ਸੁਰਿੰਦਰ ਸਿੰਘ ਨੂੰ ਲੈ ਗਏ। ਬਿਮਾਰੀ ਵੀ ਪਹਿਲੇ ਠੀਕ ਹੋ ਗਈ, ਬਾਅਦ ਵਿੱਚ ਫਿਰ ਉਸ ਤਰ੍ਹਾਂ ਦਾ ਜੀਵਨ ਬਣ ਗਿਆ, ਉਸ ਤਰ੍ਹਾਂ ਦਾੜੀ ਕੇਸ ਸਭ ਕੁਝ ਹੋ ਗਿਆ, ਦਿਨ ਵਕਤ ਸ਼ੁਰੂ ਹੋ ਗਿਆ, ਕਾਰੋਬਾਰ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਲੇਕਿਨ ਪਤਾ ਨਹੀਂ ਖੀਰ 'ਤੇ ਜਾ ਕੇ ਜਾ ਕੇ ਫਿਰ ਨਿਕਲੀ ਪਰ ਉਹਦਾ ਪ੍ਰੇਸ਼ਨ ਕਰਾਉਣ ਤੋਂ ਬਾਅਦ ਉਹ ਕਾਮਯਾਬ ਨਹੀਂ ਹੋਇਆ ਅਤੇ ਸਾਨੂੰ ਸਰੀਰ ਵੀ ਥੋੜ੍ਹਾ ਦੇ ਗਏ। ਇਹ ਸਭ ਉਹਨਾਂ ਦੇ ਵਿਅਕਤੀ ਜੀਵਨ ਕਾਰੋਬਾਰ ਦੀਆਂ ਤਰੱਕੀਆਂ। ਇੱਥੇ ਇੱਕ ਗੱਲ ਹੋਰ ਕਹਿਣੀ ਜਾਂਦੀ ਹੈ, ਇਹਨਾਂ ਦੇ ਇੱਕ ਭਰਾ ਦੀ ਡੈਥ ਹੋਈ ਸੀ ਔਰ ਉਹਨਾਂ ਦੀ ਬੇਟੀ ਨੂੰ ਆਪ ਲੈ ਕੇ ਆਪ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਕੇ ਅੱਜ ਵੀ ਪਾਣੀ ਪੁੱਛਣ ਲੱਗ ਗਏ ਔਰ ਬੇਟੀ ਉਸ ਦਿਨ ਬਹੁਤ ਜ਼ਿਆਦਾ ਹੁੰਦੀ ਸੀ, ਲੇਕਿਨ ਬਾਪ ਦਾ ਪਿਆਰ ਉਹਦੇ ਹੱਥਾਂ ਨੂੰ ਚਲ ਗਿਆ। ਮੈਂ ਬਹੁਤਾਂ ਵੀ ਸਮਾਂ ਨਾ ਦੇਵਾਂ, ਉਹ ਬਹੁਤ ਨਿਰਸਾਰ ਵਿਅਕਤੀ ਸਨ, ਉਹਨਾਂ ਦੇ ਜਾਣ ਤੋਂ ਬਾਅਦ ਜੋ ਪਰਿਵਾਰ ਨੂੰ ਧਾਕਾ ਪਿਆ
ਸਾਡੇ ਪਿੰਡ ਨੂੰ ਘਾਟਾ ਪਿਆ, ਸਾਡੇ ਸਮਾਜ ਨੂੰ ਘਾਟਾ ਪਿਆ, ਖਾਸ ਕਰਕੇ ਗੁਰੂ ਨਾਨਕ ਨੂੰ ਘਾਟਾ ਪਿਆ। ਸਾਡੇ ਕੋਲ ਅੱਜ ਦੇ ਸਮਾਗਮ ਦੇ ਵਿੱਚ ਸਰਦਾਰ ਬਾਬਾ ਸਿੰਘ ਜੀ ਕਮਾਨਪੁਰਾ ਮੈਂਬਰ SIPC ਪਹੁੰਚੇ ਨੇ, ਸਰਦਾਰ ਅਮਰਿੰਦਰਪਾਲ ਸਿੰਘ ਜੀ ਪਤੋਕੇ ਜੋ ਕਿ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਹੇ ਨੇ, ਉਹ ਹੀ ਪਹੁੰਚੇ ਨੇ। MLA ਸਾਹਿਬ ਡਾਕਟਰ ਧਰਮਵੀਰ ਸਿੰਘ ਜੀ ਅਸੀਂ ਹੋਰ ਵੀ ਪਹੁੰਚੇ ਨੇ। ਸਾਰਿਆਂ ਨੂੰ ਪਹਿਲਾਂ ਹੋਰ ਸਾਡੇ ਇਲਾਕੇ ਦੀਆਂ ਬਹੁਤ ਮਹਾਨ ਹਸਤੀਆਂ ਇੱਥੇ ਪੰਚ ਸਰਪੰਚ ਸਾਡੇ ਪਿੰਡ ਦੇ ਸਰਪੰਚ ਭਾਈ ਰਣਵੀਰ ਸਿੰਘ ਜੀ, ਬਾਬਾ ਪਾਲ ਸਿੰਘ ਜੀ ਮੁਰਦ ਤੋਂ, ਸਰਦਾਰ ਰਣਵੀਰ ਸਿੰਘ ਜੀ, ਗੁਰਦਰ ਸਿੰਘ ਜੀ ਮੇਰੇ ਭਰਾ ਚੇਅਰਮੈਨ ਪਹੁੰਚੇ ਨੇ। ਮੈਂ ਵਾਰੀ ਵਾਰੀ ਨਾਮ ਲਾਉਂਦਾ ਤਾਂ ਬਹੁਤ ਨਵੇਂ ਰਿਸ਼ਤੇ ਮਿਲਦੇ ਹਨ। ਮੈਂ ਆਪਦੇ ਚਰਨਾਂ ਦੀ ਬੇਨਤੀ ਕਰਦਾ ਜਿਹੜੇ ਤਿੰਨ ਚਾਰ ਪੁਰਾਣੇ ਪੁਰਾਣੇ ਸਰਪਾਉਣੇ ਨੇ ਉਹਨਾਂ ਨੂੰ ਮੈਂ ਸਟੇਜ 'ਤੇ ਬੁਲਾਉਂਗਾ, ਗੁਰੂ ਚਾਰ ਚਾਰ ਮਿਲਕਰ ਆਪਣੇ ਵਿਚਾਰ ਅਤੇ ਸ਼ਰਧਾ ਪ੍ਰਗਟ ਕਰ ਦੂੰ। ਮੈਂ ਸਭ ਤੋਂ ਪਹਿਲਾਂ ਭਾਈ ਰਣਵੀਰ ਸਿੰਘ ਜੀ ਬੁਰਜ ਜੋ ਕਿ ਸਾਡੇ ਉੱਥੇ ਚੇਅਰਮੈਨ ਵੀ ਰਹੇ ਨੇ ਮਾਰਕੀਟ ਦੇ ਵੀ ਵਿਭਾਗ ਦੇ, ਉਹਨਾਂ ਨੂੰ ਬੇਨਤੀ ਕਰਨ ਲੱਗ ਗਏ ਉਹ ਦੋ ਚਾਰ ਮਿੰਟ ਲਈ ਭਾਈ ਸਤਿੰਦਰ ਸਿੰਘ ਨੂੰ ਸ਼ਰਧਾ ਦੇ ਪ੍ਰਗਟ ਕਰ ਦੂੰ। ਭਾਈ ਰਣਵੀਰ ਸਿੰਘ ਜੀ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੱਜ ਦੇ ਸ਼੍ਰੋਮਣੀ ਸਮਾਗਮ ਵਿੱਚ ਇਕੱਤਰ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਤੀਤ ਸਿੰਘ ਜੀ ਮਾਝਾ ਰਾਇਸਲੇ ਵਾਲਿਆਂ ਨੇ ਸਰਦਾਰ ਸਰਵਿੰਦਰ ਸਿੰਘ ਜੀ ਉਹਨਾਂ ਦੇ ਜੀਵਨ ਬਾਰੇ ਬਹੁਤ ਵਿਸਥਾਰ ਨਾਲ ਦੱਸਿਆ ਔਰ ਇੱਥੇ ਜੋ ਅੱਜ ਇਹ ਠਾਠਾ ਮਾਰਤਾ ਕੱਠ ਜਿਹੜਾ ਇਕੱਤਰ ਹੋਇਆ ਇਹ ਇਸ ਪਰਿਵਾਰ ਦੇ ਦਿਲਸਾਰਤਾ ਔਰ ਸਮਾਜਿਕ ਸਾਂਝਾ ਨੂੰ ਦਰਸਾਉਂਦਾ ਹੋਇਆ ਇਹ ਇਕੱਠ ਹੋਇਆ। ਸਾਡਾ ਇਸ ਪਰਿਵਾਰ ਨਾਲ ਬਹੁਤ ਨੇੜੇ ਦਾ ਸੰਬੰਧ ਰਿਹਾ। ਮੇਰੇ ਪਿਤਾ ਜੀ ਸਰਦਾਰ ਸੰਤੋਖ ਸਿੰਘ ਜੀ, ਜੋ ਸਰਦਾਰ ਪ੍ਰਤੀਤ ਸਿੰਘ ਜੀ, ਸਰਦਾਰ ਸਰਨ ਸਿੰਘ ਜੀ, ਸਰਦਾਰ ਧੀਰ ਸਿੰਘ ਜੀ ਔਰ ਬਚਨ ਸਿੰਘ ਜੀ ਉਹਨਾਂ ਦੇ ਪਿਤਾ ਜੀ ਸਨ, ਉਹਨਾਂ ਦੇ ਨਾਲ ਹਰ ਉਹਨਾਂ ਦਾ ਪਿਆਰ ਸੀ। ਮੈਂ ਛੋਟੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਜੀ ਦੇ ਨਾਲ ਇਸ ਪਰਿਵਾਰ ਵਿੱਚ ਵਿਚਰਨ ਦਾ ਮੈਨੂੰ ਮੌਕਾ ਮਿਲਿਆ। ਇਸ ਪਰਿਵਾਰ ਦਾ ਇਸ ਨਗਰ ਦੇ ਪ੍ਰਤੀ ਬਹੁਤ ਵਧੀਆ ਅਕੀਦਾ ਰਿਹਾ। ਇਹ ਪਰਿਵਾਰ ਪਿੰਡ ਦੇ ਵਿੱਚ ਬੈਲੈਂਸ ਦਾ ਰੂਪ ਜਿਹੜਾ ਹੈ ਧਾਰਦਾ ਰਿਹਾ। ਸਮੇਂ ਸਮੇਂ ਚੰਗੀਆਂ ਜੋ ਸਿਲੈਕਸ਼ਨਾਂ ਪਿੰਡ ਦੀਆਂ ਹੁੰਦੀਆਂ ਰਹੀਆਂ ਉਹਨਾਂ ਦੇ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਰਿਹਾ ਔਰ ਸਰਦਾਰ ਰਣਜੀਤ ਸਿੰਘ ਜੀ, ਸਰਦਾਰ ਸਰਨ ਸਿੰਘ ਜੀ ਔਰ ਸਰਦਾਰ ਧੀਰ ਸਿੰਘ ਜੀ ਉਹਨਾਂ ਨਾਲ ਅਸੀਂ ਤਕਰੀਬਨ 25 ਸਾਲ ਬਿਜ਼ਨਸ ਅਦਾਰਾ ਚਲਾਇਆ ਜੋ ਅੱਜ ਵੀ ਉਸੇ ਤਰ੍ਹਾਂ ਦੀ ਪਿਆਰ ਦੇ ਵਿੱਚ ਬੜੇ ਮਾਣ ਸਤਿਕਾਰ ਨਾਲ ਇੱਕ ਦੂਜੇ ਨਾਲ ਅਸੀਂ ਮਿਲ ਕੇ ਚਲਾ ਰਹੇ ਹਾਂ। ਸੋ ਜਿੱਥੇ ਇਸ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ, ਨਗਰ ਨੂੰ ਸਦਮਾ ਲੱਗਾ, ਉੱਥੇ ਪੂਰੇ ਇਲਾਕੇ ਸਰਦਾਰ ਸੁਰਿੰਦਰ ਸਿੰਘ ਜੀ ਉਹਨਾਂ ਦੀ ਜੋ ਦੇਣ ਸੀ, ਜੋ ਇਹਨਾਂ ਦਾ ਪਿਆਰ ਸੀ ਉਹਦੀ ਬਹੁਤ ਵੱਡੀ ਕਾਰਵਾਈ ਆ। ਮੈਂ ਨਾ ਮੰਨਣਾ ਜਾਂਦਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਦਾ ਇਸ ਪਰਿਵਾਰ ਨੂੰ ਦਿਓ ਅਚਨਚੇਤ ਇਹ ਦੁੱਖ ਪਿਆ ਵਾ,
ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਸਾਡੀ ਕਾਂਗਰਸ ਪਾਰਟੀ ਵੱਲੋਂ ਡਾਕਟਰ ਧਰਮਵੀਰ ਜੀ ਅਗਨੀਹੋਤਰੀ ਐਮਐਲਏ ਸਾਹਿਬ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਨੇ। ਬਾਕੀ ਉਹ ਕਾਂਗਰਸ ਪਾਰਟੀ ਵੱਲੋਂ ਉਹ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਇਹਨਾਂ ਸ਼ਬਦਾਂ ਨਾਲ ਉਹਨਾਂ ਦਾ ਜਨਕਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਤਰ ਹਾਜ਼ਰੀ ਬੈਠੇ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਦੁੱਖ ਦਾ ਸਮਾਂ ਅਸੀਂ ਸਰਦਾਰ ਸੁਰਿੰਦਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇੱਥੇ ਪਹੁੰਚੇ। ਮੇਰੇ ਤੋਂ ਪਹਿਲਾਂ ਸਤੇਜ ਸਿੰਘ ਜੀ ਨੇ ਬਹੁਤ ਹੀ ਵਿਸਤਾਰ ਦੇ ਨਾਲ ਇਹਨਾਂ ਦੀ ਜ਼ਿੰਦਗੀ ਬਾਰੇ ਅਤੇ ਇਹਨਾਂ ਦੇ ਪਰਿਵਾਰ ਬਾਰੇ ਦੱਸਿਆ। ਇਹ ਪਰਿਵਾਰ ਸਾਡੇ ਇਲਾਕੇ ਦਾ ਬਹੁਤ ਵੱਡਾ ਪਰਿਵਾਰ, ਕਿਸੇ ਵੀ ਜਾਣ ਪਛਾਣ ਦਾ ਮਹਿਤਾਜ ਨਹੀਂ। ਸਾਰੇ ਇਲਾਕੇ ਦੇ ਵਿੱਚ ਇਹਨਾਂ ਦਾ ਨਾਮ, ਇਹਨਾਂ ਨੇ ਆਪਣੀ ਨੇਕ ਕਮਾਈ ਦੇ ਨਾਲ ਆਪਣੇ ਪਰਿਵਾਰ ਨੂੰ ਇੱਥੇ ਪਾਲਿਆ ਔਰ ਗਿਰਫ ਕਮਾਈ ਦੇ ਨਾਲ ਆਪਣੇ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਉਹਦੇ ਨਾਲ ਨਾਲ ਆਪਣੇ ਪਿੰਡ ਦਾ ਨਾਮ ਔਰ ਇਲਾਕੇ ਦੇ ਵਿੱਚ ਆਪਣਾ ਸਮਾਜ ਵਿੱਚ ਬਹੁਤ ਵੱਡੀ ਥਾਂ ਪਾਇਆ। ਸਰਦਾਰ ਸੁਰਿੰਦਰ ਸਿੰਘ ਨੂੰ ਬਹੁਤ ਸਮੇਂ ਤੋਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਬਹੁਤ ਹੀ ਨੇਕ ਦਿਲ ਇਨਸਾਨ ਸਨ। ਅੱਜ ਭਾਈ ਆਕਾਸ਼ ਇਸ ਗੱਲ ਦਾ ਪ੍ਰਤੀਕ ਹੈ ਵੀ ਉਹਨਾਂ ਦਾ ਪਿਆਰ ਲੋਕਾਂ ਵਿੱਚ ਕਿੰਨਾ ਸੀ ਔਰ ਪਿਆਰ ਜਦੋਂ ਲੋਕਾਂ ਨੇ ਤਾਂ ਹੀ ਬਣਦਾ ਵੀ ਆਪਣਾ ਤੁਸੀਂ ਕਹਿ ਰਹੇ ਹੋ ਕਿਸੇ ਨੂੰ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋ ਔਰ ਉਹਨਾਂ ਦੇ ਕੰਮ ਕਾਜ ਕਰੋ ਤਾਂ ਹੀ ਲੋਕ ਇਸ ਸਮੇਂ ਤੇ ਪਹੁੰਚੇ ਨੇ ਜਿਹਦੇ ਕੋਲ ਬੁਲਾ ਕਰਦੇ। ਥੋੜ੍ਹੇ ਸਮੇਂ ਤੋਂ ਇੱਕ ਬੜੀ ਭਿਆਨਕ ਬਿਮਾਰੀ ਦੇ ਨਾਲ ਇਹ ਜੁੜਦੇ ਸਨ, ਜਿਹੜੀ ਕਿ ਅੱਜ ਕੱਲ੍ਹ ਕੈਂਸਰ ਦੀ ਬਿਮਾਰੀ ਆਪਾਂ ਜਾਣਦੇ ਹਾਂ ਕਿ ਸ਼ਹਿਰ ਦੀ ਕੋਈ ਪਿੰਡ ਇਲਾਕਾ ਬਚਿਆ ਹੋਵੇ ਜਿਹਦੇ ਵਿੱਚ 2-4-5 ਇਹੋ ਜਿਹੇ ਆਪਾਂ ਨੂੰ ਮਰੀਜ਼ ਨਹੀਂ ਮਿਲਦੇ ਜਿਹੜੇ ਕਿ ਇਸ ਬਿਮਾਰੀ ਦੇ ਨਾਲ ਜੁੜਦੇ ਹਨ ਔਰ ਬੜਾ ਹੀ ਪਰਿਵਾਰ ਨੇ ਇਲਾਜ ਕਰਾਇਆ ਕਿਸੇ ਕਿਸੇ ਵੀ ਕਹਿੰਦੇ ਨੇ ਪਰ ਗੀਤ ਦੇ ਜਿਹੜੇ ਕਿ ਤੁਸੀਂ ਇੰਨਾ ਭੱਜਣ ਤੋਂ ਦੁਬਾਰਾ ਵੀ ਕੋਈ ਹੱਕ ਨਹੀਂ ਆਇਆ ਜ਼ਿੰਦਗੀ ਤੋਂ ਚਲੇ। ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਦੀ ਜ਼ਿੰਦਗੀ ਵਿੱਚ ਖਾਣਾ ਪੀਣਾ ਔਰ ਰਹਿਣ ਸਹਿਣ ਦੇ ਤਰੀਕੇ ਅਤੇ ਖਾਸ ਕਰਕੇ ਪਾਣੀ ਦਾ ਪ੍ਰਦੂਸ਼ਣ, ਇਹ ਦੀਆਂ ਬਿਮਾਰੀਆਂ ਨੇ, ਕੈਂਸਰ ਵਰਗੀਆਂ ਹੈਪਾਟਾਈਟਿਸ ਬੀ ਅਤੇ ਸੀ ਇਹਨਾਂ ਤੋਂ ਫੈਲਦੀਆਂ ਨੇ ਔਰ ਇਹਨਾਂ ਬਿਮਾਰੀਆਂ ਦੇ ਇਲਾਜ ਇੰਨੇ ਮਹਿੰਗੇ ਨੇ, ਇਲਾਜ ਕਰਾਉਣ ਦੀ ਕਿਤੇ ਦੀ ਗੱਲ, ਉਹਨਾਂ ਦੇ ਟੈਸਟ ਕਰਾਉਣੇ ਬਹੁਤ ਔਖੇ ਨੇ। ਇਹ ਇਹਨਾਂ ਪਰਿਵਾਰਾਂ ਦੀ ਹਿੰਮਤ ਸੀ ਜਿਨ੍ਹਾਂ ਨੇ ਕਿੰਨਾ ਪੈਸਾ ਖਰਚ ਕਰ ਲਿਆ। ਆਮ ਪਰਿਵਾਰ ਇਹਦਾ ਇਲਾਜ ਨਹੀਂ ਕਰਾ ਸਕਦਾ, ਘਰ ਬੈਠ ਕੇ ਬਹਿ ਉਹਦਾ ਭਾਵੇਂ ਮੰਨਦਾ ਕਿ ਜੋ ਬਹਿ ਕਰੂਗਾ ਠੀਕ ਹੈ। ਪਰ ਮੇਰੀ ਗੱਲ ਅਫਸੋਸ ਕਰਨ ਵਾਸਤੇ ਘਰ ਵੀ ਆਇਆ ਸੀ, ਉਸ ਦਿਨ ਵੀ ਕਾਫੀ ਦੇਰ ਬੈਠੇ ਰਹੇ ਗੱਲ ਕੀਤੀ ਕਿ ਸਾਡੇ ਪੰਜਾਬ ਦੇ ਵਿੱਚ ਹੀ ਇੱਕ ਟਾਟਾ ਵਾਲਿਆਂ ਨੇ ਟਾਟਾ ਇੰਸਟੀਚਿਊਟ ਕੈਂਸਰ ਕਰ ਦਿੱਤਾ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਇਸ ਬਾਰੇ ਔਰ ਉਹ ਜਿਹੜੇ ਵੀ ਇਲਾਜ ਕਰਦੇ ਨੇ, ਇਲਾਜ ਦੇ ਨਾਲ ਜਿਹੜੇ ਟੈਸਟ ਕਰਦੇ ਨੇ, 70% ਉੱਤੇ ਸਬਸਿਡੀ ਦਿੰਦੀ ਡਾਕਟਰ ਔਰ ਉਹਦੇ ਨਾਲ ਪੰਜਾਬ ਸਰਕਾਰ ਪਹਿਲੇ ਤੋਂ ਵੀ 3 ਲੱਖ ਰੁਪਇਆ ਜਿਹੜਾ ਵਾ ਉਸ ਮਰੀਜ਼ ਨੂੰ ਜਿਹੜਾ ਕਰ ਸਕਦੇ ਨਹੀਂ ਜੇ ਉਸ ਬਿਮਾਰੀ ਦੇ ਨਾਲ ਦਿੰਦਾ ਵਾ। ਔਰ ਮੈਂ ਇਸ ਗੱਲ ਵੀ ਦੱਸਣਾ ਚਾਹੁੰਦਾ ਕਿ ਉਹ ਪਰਿਵਾਰ ਜਿਹਨਾਂ ਨੂੰ ਸਿਫਾਰਿਸ਼ ਦਾ ਨਾ ਪਤਾ ਹੋਵੇ ਔਰ ਨਾ ਖਰਚ ਕਰ ਸਕਦੇ ਹੋ, ਉਹ ਜਿਹੜਾ ਆਪਣਾ ਇਲਾਜ ਡਾਟਾ ਵੱਲੋਂ ਕਰ ਸਕਦੇ ਨੇ ਆਪਣੇ ਇਲਾਕੇ ਦੇ ਵਿੱਚ, ਖਾਸ ਕਰਕੇ ਅੰਮ੍ਰਿਤਸਰ ਦੇ ਆਸ ਪਾਸ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਹੀ ਜਿਹੜਾ ਪ੍ਰਬੰਧ ਵਾ, ਹੋਰ ਕਿਸੇ ਹਸਪਤਾਲ ਦੇ ਵਿੱਚ ਇਹੋ ਪ੍ਰਬੰਧ ਨਹੀਂ ਹੈਗਾ। ਪਰ ਜਿਹੜੇ ਮਰੀਜ਼ ਇਹੋ ਜਿਹੇ ਖਰਚੇ ਨਹੀਂ ਬਰਦਾਸ਼ਤ ਕਰ ਸਕਦੇ ਉਹ ਟਾਟਾ ਜਿਹੜਾ ਇੰਸਟੀਚਿਊਟ ਦਾ ਹਸਪਤਾਲ ਉੱਥੇ ਕਰ ਸਕਦੇ ਨੇ। ਮੈਂ ਜ਼ਿਆਦਾ ਸਮਾਂ ਨਾ ਦਿੱਤਾ ਹੋਇਆ ਇਸ ਪਰਿਵਾਰ ਦੇ ਨਾਲ ਦੁੱਖ ਦੀ ਸਾਂਝ ਕਰਦਾ ਹਾਂ ਅਤੇ ਜ਼ਹਿਰ ਬਰਦਾਸ਼ਤ ਕਰਦਾ ਕਿ ਇਹਨਾਂ ਦਾ ਬੇਟਾ ਸੁਣ ਲਓ
ਸ੍ਰੀ ਜਨਮ ਆਪਣੇ ਚਰਨਾਂ ਵਿੱਚ ਪ੍ਰਾਰਥਨਾ ਕਰਕੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਪ੍ਰਧਾਨ ਨੇ ਸਰਦਾਰ ਬਦੇਵ ਸਿੰਘ ਜੀ ਮੁਖੀ ਔਰ ਸਪੁਰਤੀ ਨੇਮ ਸਾਰੇ ਪਹੁੰਚੀ ਹੈ ਜੀ ਹੈ। ਮੈਂ ਬੇਨਤੀ ਕਰੂੰਗਾ ਸਰਦਾਰ ਅਮਰਪਾਲ ਸਿੰਘ ਭੰਡਾਰਾ ਤੋਂ ਜੋ ਕਿ ਇਹਨਾਂ ਦੇ ਮਾਮਾ ਜੀ ਲੱਗਦੇ ਨੇ ਦੋ ਚਾਰ ਮਿੰਟ ਲਈ ਸਟੇਜ 'ਤੇ ਆਉਣ। ਉਹਨਾਂ ਤੋਂ ਬਾਅਦ ਸਰਦਾਰ ਬਾਬਾ ਸਿੰਘ ਜੀ ਮਾਨਸਾ ਇੱਥੇ ਲਾਗੇ ਆ ਜਾਣ। ਸਰਦਾਰ ਅਮਰਪਾਲ ਸਿੰਘ ਭੰਡਾਰਾ ਬਹੁਤ ਹੀ ਸੋਗਮਈ ਸਮਾਗਮ ਵਿੱਚ ਸਾਡੇ ਹਲਕਾ ਤਰਨ ਤਾਰਨ ਤੋਂ ਹੁਣੇ ਹੁਣੇ ਹੋ ਕੇ ਗਏ ਡਾਕਟਰ ਧਰਮਵੀਰ ਜੀ ਅਗਨੀਹੋਤਰੀ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਸਰਦਾਰ ਬਾਬਾ ਸਿੰਘ ਜੀ ਮਾਨਪੁਰਾ ਸਰਦਾਰ ਅਰਵਿੰਦਰਪਾਲ ਸਿੰਘ ਜੀ ਪੱਖੋਂ ਕੇ ਮੈਂਬਰ ਸ਼੍ਰੋਮਣੀ ਕਮੇਟੀ ਹੋਰ ਇਲਾਕੇ ਦੀਆਂ ਦਰਜਾ ਦਰਜਾ ਹਸਤੀਆਂ ਪੰਡਾਲ ਵਿੱਚ ਗੁਰ ਬੈਠੀ ਸਮੂਹ ਸਾਧ ਸੰਗਤ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਮੇਰੇ ਫੁੱਫੜ ਜੀ ਦਾ ਪਰਿਵਾਰ ਸਰਵਾਸੀ ਸਰਦਾਰ ਕਰਨੈਲ ਸਿੰਘ ਜੀ ਹੋਣਾ ਦਾ ਜਿਨ੍ਹਾਂ ਨੇ ਬਹੁਤ ਹੀ ਇਹ ਦੁੱਖ ਦੀ ਘੜੀ ਆਈ। ਇਹ ਅੱਜ ਤੋਂ 2 ਸਾਲ ਪਹਿਲਾਂ ਜੇ ਸਾਡੇ ਆਪਾਂ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ ਸਾਡੇ ਬੜੇ ਵੀ ਸਰਦਾਰ ਸੁਰਿੰਦਰ ਸਿੰਘ ਜੀ ਇਹਨਾਂ ਦੇ ਬੇਟੇ ਗੁਰਸੇਵਕ ਸਿੰਘ ਜੀ ਬੱਲਾ ਦਾ ਪਰਿਵਾਰ ਵਿੱਚੋਂ ਚਲੇ ਜਾਣਾ ਇਸ ਵੀਰ ਜੀ ਦੀ ਬਿਮਾਰੀ ਦੇ ਸਦਕੇ ਦੇ ਨਾਲ ਹੀ ਮੇਰੇ ਸਤਿਕਾਰਯੋਗ ਸਰਵਾਸੀ ਫੁੱਫੜ ਜੀ ਸਰਦਾਰ ਕਰਨੈਲ ਸਿੰਘ ਜੀ ਉਹਨਾਂ ਦਾ ਵੀ ਪਰਿਵਾਰ ਵਿੱਚੋਂ ਚਲੇ ਜਾਣਾ ਇਹ ਵੀਰ ਜੀ ਦਾ ਦੁੱਖ ਸੀ। ਔਰ 2 ਸਾਲ ਤੋਂ ਵੀਰ ਜੀ ਜਿਹੜੇ ਤੁਹਾਨੂੰ ਪਤਾ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ। ਮੇਰੇ ਤੋਂ ਪਹਿਲਾਂ ਸਰਦਾਰ ਬਲਵੀਰ ਸਿੰਘ ਜੀ ਪੰਜਵੜ ਜਿਹੜੇ ਸਾਡੇ ਪੰਜਾਬ ਦੇ ਸਾਡੀ ਪ੍ਰਜਾਪਾਤ ਸਮਾਜ ਦੇ ਪ੍ਰੈਜੀਡੈਂਟ ਨੇ ਉਹਨਾਂ ਨੇ ਵਿਸਥਾਰ ਨਾਲ ਦੱਸ ਦਿੱਤਾ। ਸੋ ਮੈਂ ਇੰਨਾ ਹੀ ਕਹੂੰਗਾ ਕਿ ਜਿੱਥੇ ਇਸ ਕੈਂਸਰ ਦੀ ਬਿਮਾਰੀ ਵਿੱਚ ਸਾਡੀ ਸਰਕਾਰ ਦੀ ਕਿਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਉਸ ਵਿੱਚ ਸਾਡੇ ਸਮਾਜ ਦਾ ਵੀ ਇਸ ਰੋਗ ਨੂੰ ਬੜਾਵਾ ਦੇਣਾ ਅਸੀਂ ਸਭ ਲੋਕ ਇਸ ਵਿੱਚ ਸ਼ਾਮਿਲ ਹਾਂ। ਅਸੀਂ ਆਪਣੇ ਮੁਹਾਜਾਂ ਦੀ ਖਾਤਰ ਆਪਣੀਆਂ ਜੇਬਾਂ ਦੀ ਖਾਤਰ ਨਕਲੀ ਦੁੱਧ ਨਕਲੀ ਘਿਓ ਨਕਲੀ ਜਿਹੜੀਆਂ ਚਿੜੀਆਂ ਫਰੂਟ ਵਟਸਐਪ 'ਤੇ ਆਪਾਂ ਨੂੰ ਵੇਖਣ ਨੂੰ ਮਿਲਦਾ ਆਪਾਂ ਨਿਤ ਨਵੇਂ ਦਿਨ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਸਬਜ਼ੀ ਨੂੰ ਇੰਜੈਕਸ਼ਨ ਲਾ ਕੇ ਆਪਣੀ ਸਿਰਫ ਇੱਕ ਆਪਣੀ ਤੁਸ਼ੀ ਜੇਬ ਭਰਨ ਵਾਸਤੇ ਕਿ ਜਿਹੜਾ ਆਪਣੇ ਸਮਾਜ ਨੂੰ ਇਸ ਕੈਂਸਰ ਵਰਗੀਆਂ ਬਿਮਾਰੀਆਂ ਹੈਪੇਟਾਈਟਸ ਬੀ ਵਰਗੀਆਂ ਬਿਮਾਰੀਆਂ ਦੀ ਲਪੇਟ ਦੇ ਵਿੱਚ ਲਈ ਆਉਣ ਰਹੇ ਹਾਂ। ਸੋ ਮੈਂ ਇਹ ਬਹੁਤਾ ਲੰਮਾ ਨਹੀਂ ਕਹਿਣਾ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹ ਅੱਜ ਜੁੜ ਬੈਠਾ ਸਮੁੱਚਾ ਸਮਾਜ ਜਿਹਦੇ ਵਿੱਚ ਬਹੁਤ ਹੀ ਪੜ੍ਹਿਆ ਲਿਖਿਆ ਵਰਗ ਬੈਠਾ ਸਾਨੂੰ ਸਰਦਾਰ ਸੁਰਿੰਦਰ ਸਿੰਘ ਜੀ ਹੋਣਾ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੋ ਹੀ ਦੇਣੀ ਚਾਹੀਦੀ ਆ ਕਿ ਸਾਨੂੰ ਆਪਣੇ ਕੋਈ ਮਫਾਜਾਂ ਕਰਕੇ ਆਪਣੇ ਨਾਲ ਹੀ ਕ੍ਰੋਧ ਨਹੀਂ ਕਰਨਾ ਚਾਹੀਦਾ। ਆ ਸਾਡੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਮੈਂ ਆਰਟ ਦੇ ਫੀਲਡ ਵਿੱਚ ਕੰਮ ਕਰਦਾ ਹਾਲੇ ਫਸਲ ਪੱਕਣ ਦੇ ਵਿੱਚ ਕੋਈ ਲਗਭਗ 1 ਮਹੀਨਾ ਉਹਦੀ ਦੇਰੀ ਹੁੰਦੀ ਆ। ਸਾਡੇ ਕਿਸਾਨ ਭਾਈ ਆਪਣੀ ਆਲੂ ਦੀ ਸਬਜ਼ੀ ਜਾਂ ਮਟਰ ਲਾਉਣ ਕਰਕੇ ਇੱਕ ਗਰੋਮੋ ਨਾਮ ਦੀ ਸਪਰੇ ਆਉਂਦੀ ਆ ਉਹਨੂੰ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੀ ਹੋ ਸਪਰੇ ਨੂੰ ਅੱਜ ਕੀਤਾ ਤੇ ਤੀਸਰੇ ਦਿਨ ਉਹ ਜਿਹੜਾ ਉੱਪਰ ਦਾ ਛਿਲਕਾ ਵਾ ਉਹ ਬਿਲਕੁਲ ਪੀਲੇ ਰੰਗ ਦਾ ਹੋ ਕੇ ਪੱਕ ਜਾਂਦਾ। ਉਹਦੇ ਵਿੱਚ ਜਿੱਥੇ ਅਸੀਂ ਉਹ ਜ਼ਹਿਰ ਬਣਾ ਕੇ ਸੈਲਰ ਦੇ ਵਿੱਚ ਭੇਜਦੇ ਹਾਂ ਉਹਦੇ ਚੌਲ ਜਿਹੜੇ ਸਾਨੂੰ ਉਹ ਜ਼ਹਿਰ ਦੇ ਰੂਪ ਸਾਡੇ ਅੰਦਰ ਜਾਂਦੇ ਆ ਸਾਨੂੰ ਇਹ ਕੈਂਸਰ ਵਰਗੀਆਂ ਬਿਮਾਰੀਆਂ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਹੈਪੇਟਾਈਟਸ ਬੀ ਵਰਗੀਆਂ ਬਿਮਾਰੀਆਂ ਦੇ ਨਾਲ ਜਿਹੜਾ ਉਹ ਜੂਝਣਾ ਪੈਂਦਾ। ਸੋ ਮੈਂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਇੰਨਾ ਹੀ ਕਹਿੰਦਾ ਹੋਇਆ ਕਿ ਸਾਨੂੰ ਇਹਨਾਂ ਗੱਲਾਂ ਤੋਂ ਜਿਹੜਾ ਹੈ ਦੁੱਧ ਨੂੰ ਜ਼ਹਿਰ ਕਰ ਦਿੱਤਾ ਘਿਓ ਨੂੰ ਜ਼ਹਿਰ ਕਰ ਦਿੱਤਾ ਸਾਨੂੰ ਇਹ ਤੋਂ ਹਮੇਸ਼ਾ ਸੁਚੇਤ ਹੋਣਾ ਚਾਹੀਦਾ ਆਪਣੀ ਜੇਬ ਦੀ ਖਾਤਰ ਜਿਹੜਾ ਉਹ ਦੁੱਖ ਦਾ ਕਾਰਨ ਨਹੀਂ ਕਰਨਾ ਚਾਹੀਦਾ। ਮੈਂ ਆਪਣੇ
ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਆਪਣੇ ਜਹਾਂ ਵਿੱਚ ਰਾਜ ਬਖਸ਼ਣ। ਇਹਨਾਂ ਨੂੰ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਸਾਡੇ ਤਰਨ ਤਾਰਨ ਡਿਸਟ੍ਰਿਕਟ ਦੇ ਹੈਗੇ ਨੇ ਪੁੱਜੇ ਨੇ ਸਰਦਾਰ ਅਮਰੀਕ ਸਿੰਘ ਜੀ ਅੰਮ੍ਰਿਤਸਰ ਸੀਨੀਅਰ ਅਕਾਲੀ ਲੀਡਰ ਨੂੰ ਪੁੱਜੇ ਨੇ ਜੀ ਆਇਆਂ ਨੂੰ ਬੇਨਤੀ ਕਰਦਾ ਸਰਦਾਰ ਬਾਬਾ ਸਿੰਘ ਮਾਨਪੁਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਟੇਜ 'ਤੇ ਆਉਣ ਆਪਣੇ ਸ਼ਬਦ ਹਿੰਦੀ ਬੋਲ ਦੇ ਜੋ ਕਹਿੰਦੇ ਬਹੁਤ ਹੀ ਸ਼੍ਰੋਮਣੀ ਜਮਾਤ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਆਇਆ ਸੋ 84 ਸਾਲ ਕੀ ਇਨਸਾਨ ਜੀਵ ਜਿੱਥੇ ਆਉਂਦਾ ਕਿਤੇ ਹੋਣੀ ਜਾਂਦਾ ਫਿਰ ਤੋਂ ਪਹਿਲਾਂ ਰਾਜਵੀਰ ਸਿੰਘ ਨੇ ਸਰਦਾਰ ਸਾਹਿਬ ਮੇਰੇ ਵੀਰ ਦੀ ਮੌਤ ਦੇ ਸੰਬੰਧ ਵਿੱਚ ਉਹਨਾਂ ਦੇ ਜੀਵਨ ਬਾਰੇ ਉਹ ਪਰਿਵਾਰ ਬਾਰੇ ਸਾਰਿਆਂ ਕੋਲ ਦੱਸਿਆ। ਮੇਰਾ ਵੀ ਇਸ ਪਰਿਵਾਰ ਦਾ ਕੋਈ ਸੰਨ 1995 ਤੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਜਾਣ ਪਛਾਣ ਬਹੁਤ ਗਾੜੀ ਸੀ। ਮੈਂ ਉਹਨਾਂ ਦਾ ਬਹੁਤ ਨਿੱਜੀ ਮਿਲਿਆ ਸੀ। ਅੱਜ ਆਪਾਂ ਜਿੰਨੇ ਵੀ ਸਭ ਕਰਦੇ ਭੈਣ ਭਾਈ ਨੂੰ ਰਿਸ਼ਤੇਦਾਰ ਸੱਜਣ ਦੋਸਤ ਜਿੰਨੇ ਵੀ ਹੈ ਕੋਈ ਨਾ ਕੋਈ ਡੂੰਘੀ ਸਾਹ ਅਤੇ ਡੂੰਘਾ ਦਰਦ ਅੱਜ ਦੇ ਪਰਿਵਾਰ 'ਤੇ ਦੁੱਖ ਦਾ ਭਾਰ ਟੁੱਟਾ। ਸਾਰੇ ਪਰਿਵਾਰ ਬਹੁਤ ਨਮਕੀਨ ਅਤੇ ਬਹੁਤ ਸ਼ੋਕ ਮਿਲਿਆ ਸਰ ਗਿਆ, ਕਿਉਂਕਿ ਜਦੋਂ ਇੰਨੀ ਵੱਡੀ ਸ਼ਖਸੀਅਤ ਪਰਿਵਾਰ ਤੋਂ ਹੋ ਜਾਂਦੀ ਆ ਅਤੇ ਇੱਕ ਕਿਸਮ ਦਾ ਜਿੱਦਾਂ ਦੁਬਾਰਾ ਪੈ ਗਿਆ ਦੁਬਾਰਾ ਪੈ ਗਿਆ। ਬੇਸ਼ੱਕ ਭਾਈ ਮੁੱਢ ਦਾ ਮੁੱਢਾ ਜੋੜ ਕੇ ਕੰਮ ਕਰਦੇ, ਪਰ ਇਹਨਾਂ ਦੀ ਆਪਣੀ ਸ਼ਖਸੀਅਤ ਹੈ, ਉਹਨਾਂ ਦੀ ਆਪਣੀ ਸ਼ਖਸੀਅਤ ਆ ਆ ਸਾਡੇ ਬੱਚੇ ਵਿੱਚ ਬੈਠੇ ਆ। ਇਹਨਾਂ ਦਾ ਆਪਣਾ ਹਰ ਬੰਦੇ ਦਾ ਆਪਣਾ ਘਰ ਦੇ ਵਿੱਚ ਯੋਗਦਾਨ, ਇਸ ਤਰ੍ਹਾਂ ਕਾਰੋਬਾਰ ਵੀ ਇਹਨਾਂ ਨੇ ਬੜੇ ਸਾਫ ਸੁਥਰੇ ਤਰੀਕੇ ਨਾਲ ਵਿਕਾਰ ਨੂੰ ਕੀਤਾ। ਹੋਇਆ ਵੀ ਮਾਪ ਸਰਦਾ ਕਰਨਾ ਸੁੱਖ ਦਾ ਮਰਾਦ ਘਰ ਦਿੱਤੀ ਸੀ। ਗੱਗੂਏ ਲੈ ਕੇ ਬਾਲ ਸੰਭਾਲ ਲਈ ਅੰਮ੍ਰਿਤਸਰ ਸਾਹਿਬ ਤੱਕ ਆਪਣੀ ਇਸ ਪਿਆਰ ਦੇ ਨਾਲ ਅਤੇ ਸਾਫ ਸੁਥਰੀ ਵਪਾਰ ਦੇ ਨਾਲ ਇਸ ਰਿਆਸਤ ਨੂੰ ਗੱਗੂਏ ਲੈ ਕੇ ਅੰਮ੍ਰਿਤਸਰ ਤੱਕ ਖੜਿਆ। ਇਹ ਪਿਆਰ ਦੀ ਨਿਸ਼ਾਨੀ ਹੈ, ਪਿਆਰ ਸੀ ਲੋਕਾਂ 'ਚ ਰਿਹਾ। ਅੱਜ ਆਪਾਂ ਸਾਰੇ ਇਕੱਠੇ ਹੋਏ ਇਹ ਜਿਹੜੀ ਮੌਤ ਹੈ ਇਹ ਕੋਈ ਆਪਣੇ ਜੁਰਮੇ ਤੋਂ ਲੈ ਰਹੇ ਨਹੀਂ, ਕੋਈ ਨਾ ਕੋਈ ਪੰਜ ਬਣਾਉਣਾ ਸੀ ਜਿਹੜਾ ਆਪੇ ਜੋ ਮੇਰੇ ਤੋਂ ਪਹਿਲਾਂ ਸਰਦਾਰ ਅਮਕਾਰ ਸਿੰਘ ਬਣਾਇਆ ਸਾਡੇ ਉਹ ਵੀ ਬੜੇ ਮਿੱਤਰ ਨੇ, ਉਹ ਵੀ ਦੱਸ ਕੇ ਗਏ ਆ ਇਹ ਸਾਰੇ ਦੁੱਖ ਦੀ ਘੜੀ ਜਿੰਦਗੀ ਹੋਏ। ਸੋ ਗੁਰੂ ਮਹਾਰਾਜ ਦੀ ਗੱਲ ਆਪਾਂ ਸਾਰਿਆਂ ਨੂੰ ਰੱਖ ਕੇ ਅਰਦਾਸ ਕੀਤੀ, ਗੁਰੂ ਮਹਾਰਾਜ ਕਿਰਪਾ ਕਰਿਓ ਮੇਰਾ ਕਰੋ ਇਸ ਪਰਿਵਾਰ ਦੇ ਅੱਗੇ ਬੜਾ ਸੰਕਟ ਹੈ। ਨਗਰ ਦੀ ਮੇਰੇ ਕੋਲ ਹੈ, ਉਹ ਪਰਿਵਾਰ ਤੋਂ ਮੇਰੇ ਕੋਲ ਅਸਰ ਕੋਲ ਡਾਕਟਰ ਤੋਂ ਮੇਰੇ ਕੋਲ ਹੈ, ਉਹ ਮੇਰੇ ਵੀਰ ਨਿੱਕੇ ਵੀਰ ਸਰਦਾਰ ਸਰਵਿੰਦਰ ਸਿੰਘ ਨੂੰ ਆਪਣੇ ਸਮੇਂ ਦੁਆਰੇ ਵਾਸਤਵ ਸੁਭਾਗਿਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਇਹਨਾਂ ਕਿਸੇ ਵੀ ਸੇਵਾ ਕੀਤੀ ਭਾਵੇਂ ਪਿੰਡ ਦੀ ਕੀਤੀ ਪਰਿਵਾਰ ਦੀ ਕੀਤੀ ਇਲਾਕੇ ਦੇ ਵਿੱਚ ਬੜੇ ਸਾਫ ਸੁਥਰੇ ਤਰੀਕੇ ਦੇ ਨਾਲ ਬਿਜਨਸ ਕੀਤਾ ਪਿੰਡ 'ਚ ਬੱਚੇ ਦਾਖਲ ਹੋਏ। ਮਹਾਰਾਜ ਗੁਰੂ ਮਹਾਰਾਜ ਕਿਰਪਾ ਕਰਿਓ ਇਹ ਪਰਿਵਾਰ ਤੋਂ ਬਹੁਤ ਵੱਡਾ ਕਿ ਮੈਂ ਸਾਰਾ ਲੋਕਾਂ ਪਰ ਆਪ ਜੀ ਨੂੰ ਜੋ ਹੁੰਦਾ ਹੁੰਦਾ ਕੋਈ ਹੈ ਲਿਖਿਆ ਕੋਈ ਹੁੰਦਾ, ਸਿਰਫ ਅਸੀਂ ਲੋਕ ਜਿਹਨਾਂ ਨੂੰ ਪਤਾ ਨਹੀਂ ਹੁੰਦਾ ਜਿਸ ਦਿਨ ਲਿਖ ਹੁੰਦਾ ਵੀ ਕਿਤਾਬ ਪਾਉਂਦਾ ਪਹਿਲਾਂ ਲਿਖਿਆ ਤਾਂ ਉਹ ਕਦੋਂ ਜਾਂਦਾ, ਪਰ ਉਹ ਭੇਟ ਉਹ ਕਿਤਾਬ ਉਹ ਵਰਕਾ ਉਹ ਕਾਪੀ ਉਹ ਭੇਜਣਾ ਕਿ ਕੋਲ ਉਹਨੂੰ ਨਹੀਂ ਪਤਾ ਕਦੋਂ ਨੇ ਬਲਾਸ ਕਰ ਲੈਣਾ। ਸੋ ਮੈਂ ਬਹੁਤ ਅਭਿਨੰਦਨ ਚਾਹੁੰਦਾ ਆਪਣੇ ਵੀਰ ਨੂੰ ਕਰਦਾ
ਕਰਕੇ ਦਾਤਵੇ ਸੰਗੀਤ ਮਹਾਰਾਜ ਸਿਰ ਸਵਾਰ ਨੂੰ ਮਿਲਿਆ ਰੱਖੋ ਜਿਸ ਕਹੀਏ ਨੂੰ ਆਪਣੇ ਚਰਨ ਨਾਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਸਾਰਕਾ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਡੇ ਸਮਾਜ ਭਾਜਪਾ ਦੇ ਆਲ ਇੰਡੀਆ ਦੇ ਪ੍ਰੇਰਕ ਨੇ ਸਰਦਾਰ ਵੀਰ ਸਿੰਘ ਜੀ ਨਾਲ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਵਨ ਹਜ਼ੂਰੀ ਵਿੱਚ ਸਾਧ ਸਤਵਿੰਦਰ ਸਿੰਘ ਜੀ ਅੰਤਮ ਅਰਦਾਸ ਪਾਰਨ ਹੋਏ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਪ੍ਰਮਾਣ ਸਾਹਿਬ ਜਿਹਾ ਕਿਰੀ ਲਿਖਿਆ ਇਹ ਹੁਕਮ ਮਾਏ ਕਦੇ ਆਵੇ ਨਾਨਕਾ ਸਦੇ ਉੱਠੀ ਜੈ ਤੇ ਮਾਂ ਵਾਹਿਗੁਰੂ ਸਾਹਿਬ ਜਿੱਥੇ ਸਵਾਸਾਂ ਨੂੰ ਪੂਰੀ ਕਰਕੇ ਸਾਧ ਸਤਵਿੰਦਰ ਸਿੰਘ ਜੀ ਸੰਸਾਰ ਤੇ ਆਏ ਸਨ ਉਹਨਾਂ ਸਵਾਸਾਂ ਨੂੰ ਵੀ ਪੂਰੀ ਨੂੰ ਭੋਗਦੇ ਹੋਏ ਪਿਛਲੇ ਦਿਨੀ ਪ੍ਰਭਾਵ ਕੰਮ ਕਰ ਗਏ ਹਨ ਮੌਤ ਇੱਕ ਤਾਂ ਸਚਾਈ ਹੈ ਵਿਛੋੜਾ ਦੁਖਦਾਈ ਹੈ ਭਾਵਾਂ ਮਕਾਨ ਪੁੱਟਦਾ ਹੈ ਜੋ ਵੀ ਜੀਵ ਸੰਸਾਰ ਤੇ ਆਇਆ ਹੈ ਉਸਨੇ ਇੱਕ ਦਿਨ ਜਾਣਾ ਹੈ ਸਾਰੇ ਸਰ ਮੱਥੇ ਤੇ ਸਾਰਿਆਂ ਨੂੰ ਜੀਵਾਂ ਕੀਤਾ ਹੋਇਆ
ਸਿੰਘ ਜੀ ਖੁੱਲਾ ਆ ਜਾਣ ਇੱਕ ਦਸਤਾਰ ਗੁਰੂ ਨਾਨਕ ਪਾਤਸ਼ਾਹ ਤੋਂ ਮੈਂ ਲੈਣੇ ਆ ਠੀਕ ਹੈ ਜੀ।